ਮੈਨੂੰ ਕਹਿੰਦੇ ਪਲਵਾਨਾ ਆ ਕਿਹੜੇ ਮੰਗਣੇ ਵਾਲੇ ਕੋ ਗਾਂਵੋਂ ਦੀ ਉਹ ਚੱਕ ਲਿਆ ਦੂ ਜਿਹੜੇ ਆਪਣੇ ਫਤੇ ਨਹੀਂ ਹੁੰਦੇ ਗਵਾਂ ਲੈ ਕੇ ਵੀ ਇਹ ਲੈ ਆਇਆ ਤੂੰ ਇਹਨਾਂ ਨੇ ਕੀ ਤਾਂ ਕੋਲੀਆਂ ਚ ਚੋਣੇ ਵਾਲੀਆਂ ਨੇ ਵੀ ਤੂੰ ਹੁਣ ਕਿਸੇ ਕੰਨਾ ਜੇ ਤੂੰ ਇਹਨਾਂ ਨੂੰ ਵੀ ਐਚਐਫ ਨੂੰ ਵੀ ਕਾਹਨੂੰ ਲੈ ਆਇਆ ਹੁਣ ਨਹੀਂ ਅੱਜ ਜਦੋਂ 2500 ਨੂੰ ਕਿਲੋ ਘੇ ਵੇਚਦਾ ਕੀ ਕਹਿੰਦੇ ਫਿਰ ਬਸ ਕਹਿੰਦੇ ਆ ਵੀ ਪਲਵਾਨਾ ਤੇਰਾ ਤਾਂ ਟੁਕਾ ਲੋਟ ਆ ਗਿਆ ਹੁਣ ਵੀ ਇਦਾਂ ਹੀ ਕਹਿੰਦੇ ਹਜੇ ਵੀ ਮੰਨਦੇ ਨਹੀਂ ਉਹ ਵੀ ਹਾਂ ਵੀ ਠੀਕ ਆ ਤੂੰ ਮਿਹਨਤ ਕੀਤੀ ਆ ਕਹਿੰਦੇ ਯਾਰ ਟੁਕਾ ਚੱਲ ਗਿਆ ਤੇਰਾ ਪਹਿਲਾਂ ਪਲਵਾਨੀ ਕਰਦੇ ਰਹੇ ਉਦੋਂ ਵੀ ਟਾਈਮ ਹੁੰਦੇ ਹੀ ਨਹੀਂ ਸੀ ਬਸ ਸਕੂਲੇ ਚ ਲੈ ਜਾਣਾ ਖਾੜੇ ਚ ਲੈ ਜਾਣਾ ਬਲ ਖੇਤਾਂ ਖੇਤਾਂ ਦਾ ਤੇ ਗਾਵਾਂ ਦਾ ਕੰਮ ਕਰਾਉਣ ਲੱਗ ਜਾਣਾ ਪਹਿਲਾਂ ਤੁਸੀਂ ਸ਼ੌਂਕ ਆ ਮੈਨੂੰ ਗਾਵਾਂ ਦਾ ਜਦੋਂ ਪਹਿਲਵਾਨੀ ਕਰਦੇ ਜਦੋਂ ਹੀ ਸ਼ੌਂਕ ਆ ਇਹ ਤਾਂ ਦੇਖੋ ਜੇਸੀ ਬਰੀਡ ਆ ਨਾ ਇਹ ਤਾਂ ਇੱਕ ਪਰਿਵਾਰ ਦਾ ਮੈਂਬਰ ਆ ਜਿੰਨਾ ਇਹਨਾਂ ਪਿਆਰ ਨਾਲ ਰਹਾਗੇ ਆਪਾਂ ਉਹਨਾਂ ਇਹ ਆਪਣੇ ਨਾਲ ਪਿਆਰ ਕਰੂਗੀ ਜੇ ਆਪਾਂ ਕਦੇ ਆ ਕੇ ਫਾਰਮ 'ਚ ਸਵੇਰੇ ਨਿਕਲ ਗਏ ਆਪਾਂ ਬੜਨ ਨਹੀਂ ਆ ਕੇ ਪੰਧਿਆਂ ਦੇ ਸਿਰ ਤੇ ਕੰਮ ਸੰਭਾਲਿਆ ਹੋਇਆ ਇਹ ਤਾਂ ਲੱਤਾਂ ਹੀ ਮਾਰਨੀ ਆ ਜੋ ਆ ਕੇ ਕਹਿੰਦਾ ਤੂੰ ਕੋਣ ਆ ਗਿਆ ਵੀ ਮੈਂ ਤਾਂ ਦੇਖਿਆ ਨਹੀਂ ਤੈਨੂੰ ਕਦੇ ਦੇਖੋ ਜੀ ਆਪਾਂ ਦਾ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਹੁਣ ਲੋਕ ਬਾਹਰ ਨੂੰ ਪੈਦੇ ਆ 50-50 ਲੱਖ ਲਾਉਂਦੇ ਆ ਉੱਥੇ ਕਿਹੜਾ ਵਿਲੇ ਬੰਦੇ 18-18 ਘੰਟੇ ਕੰਮ ਕਰਦੇ ਆ ਹੁਣ ਆਪਣੇ ਪਰਿਵਾਰ ਚੋਂ ਆ ਕੋਠੀ ਝੁੱਠੀ ਦਾ 1 ਵਜੇ ਸਾਰਾ ਜਾਣੇ ਆ ਕੇ ਵਿਚ ਬੜ ਜਾਂਦੇ ਐ ਤੇ ਗਾਵਾਂ ਚ ਆ ਜਾਂਦੇ ਆ ਤੇ ਬਸ ਫਿਰ ਮੈਂ ਦੁੱਧ ਪਾਇਆ ਹੁਣ ਆ ਕੇ ਸਾਰਾ ਪਰਿਵਾਰ ਫੇਰ ਲੱਗ ਜਾਂਦਾ ਸੀ ਬੰਦਾ ਰੱਖਦੇ ਨਹੀਂ ਅਸੀਂ ਕੋਈ 100 ਗਾਵਾਂ ਨੇ ਹੋਣੇ ਕਿ 3:30 ਵਜੇ ਤੱਕ ਇਹ ਧਾਰਾਂ ਦਾ ਕੰਮ ਸਮਾਪਤ ਕਰਕੇ ਗੱਡੀ ਦੀ ਦੁੱਧ ਲੋਡ ਕਰਕੇ 3:30 ਵਜੇ ਦੁੱਧ ਲੁਧਾਨੇ ਪਹੁੰਚ ਜਾਂਦਾ ਸਾਡਾ ਚਾਹੇ ਗਰਮੀ ਆ ਸਿਆਲ ਆ ਮੀਂਹ ਆ ਕੁਝ ਵੀ ਆ ਸੌਂਦੇ ਕਿੰਨੇ ਕਹੇ ਸੌਂਦੇ ਜੀ ਉਹੀ 9:00 ਵਜੇ 9:30 ਵਜੇ ਸੌਂ ਜਾਂਦਾ 1:00 ਵਜੇ ਉੱਠੇਦਾ 3:30 ਬਸ ਘੰਟੇ 3 ਘੰਟੇ ਸੌਣ ਨੂੰ ਮਿਲਦੇ ਆ ਸਾਰੀ ਜ਼ਿੰਦਗੀ ਐਂ ਨਿਕਲ ਰਹੀ ਪਾਜੀ ਹੁਣ ਲੱਗੇ ਆਉਣਾ ਗਊ ਮਾਤਾ ਦੇ ਸਿਰ ਤੇ ਨਿਕਲਦੀ ਆ ਬਸ ਇਹਨਾਂ ਦੇ ਸਿਰ ਤੇ ਸਾਰਾ ਕੁਝ ਬਣਾਇਆ ਆਪਾਂ ਨੇ ਜਿਹੜਾ ਹੁਣ ਤੱਕ ਬਣਾਇਆ ਅੱਜ ਲੁਧਿਆਣੇ ਪਹੁੰਚੇ ਆ ਤੇ ਇੱਥੇ ਪੰਜਾਬ ਦਾ ਇੱਕ ਇਹੋ ਜਿਹਾ ਮੱਲ ਜਿਹਦਾ ਕੁਸ਼ਤੀ ਜਗਤ 'ਚ ਚੰਗਾ ਨਾਮ ਸੀ ਤੇ ਅੱਜਕੱਲ ਡੇਰੀ ਫਾਰਮਿੰਗ 'ਚ ਚੰਗਾ ਨਾਮ ਹੈ ਸਿੱਧਾ ਰੂਬਰੂ ਕਰਾਉਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਵੀ ਜੀ ਕੀ ਨਾਮ ਹੈ ਤੁਹਾਡਾ ਅਸੀਂ ਤਾਂ ਜਾਣਦੇ ਆਂ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਨਾਮ ਤੋਂ ਪਹਿਲਵਾਨੀ 'ਚ ਜਾਣਦੇ ਸੀ ਰੀਅਲ ਨਾਮ ਕੀ ਹੈ ਤੁਹਾਡਾ ਮੈਨੂੰ ਜੀ ਪਹਿਲਵਾਨੀ ਦੇ ਵਿੱਚ ਨਿਰੰਦਰ ਬਲੀ ਵਾਲੀ ਦੇ ਨਾਂ ਦੇ ਨਾਲ ਜਾਣਦੇ ਸੀ ਉਹ ਮੇਰਾ ਨਿਰੰਦਰ ਸਿੰਘ ਹਾਂਜੀ ਨਿਰੰਦਰ ਸਿੰਘ ਹੁਣਾਂ ਕੋਲੇ ਪਹੁੰਚੇ ਆਂ ਅਸੀਂ ਤੇ ਪਹਿਲਵਾਨ ਹੁਣਾਂ ਦੇ ਇੱਥੇ ਜਿਹੜਾ ਫਾਰਮਿੰਗ ਦੇਸੀ ਗਾਵਾਂ ਰੱਖੀਆਂ ਇਹਨਾਂ ਦਾ ਦੁੱਧ 85 ਰੁਪਏ ਕਿਲੋ ਵਿਕਦਾ ਹੈ ਤੇ ਜਿਹੜਾ ਦੇਸੀ ਘੇ ਵੇਚਦੇ ਨੇ ਕਰੀਬ 2500 ਰੁਪਏ ਕਿਲੋ ਵਿਕਦਾ ਇਹ ਖਾਸੀਅਤ ਹੈ ਬਾਈ ਜੀ ਇੰਨਾ ਮੁੱਲ ਲੋਕ ਦੇ ਦਿੰਦੇ ਆ ਹਾਂਜੀ ਵੀਰ ਜੀ ਸਾਡੇ ਕੋਲ ਦੇਸੀ ਘੋਦੀ ਡਿਮਾਂਡ ਬਹੁਤ ਜ਼ਿਆਦਾ ਆ 20-25 ਕਿਲੋ ਸਾਤੋਂ ਇੱਕ ਮਹੀਨੇ ਦਾ ਬਣਦਾ ਕਿਉਂਕਿ ਪਹਿਲਾਂ ਅਸੀਂ ਹੋਮ ਡਿਲੀਵਰੀ ਕਰਦੇ ਹਾਂ ਦੁੱਧ ਦੀ ਦੁੱਧ ਤੋਂ ਬਾਅਦ ਜਿਹੜਾ ਕਿ ਉਹ ਆਪਣਾ ਦੁੱਧ ਬਚਦਾ ਉਹਦੇ ਕਿਉਂ ਬਣਾਉਨੇ ਆ ਹਾਂਜੀ ਤੇ ਡਿਮਾਂਡ ਜ਼ਿਆਦਾ ਆ ਤੇ ਆਪਣੇ ਕੋਲੇ ਦੁੱਧ ਉਹ ਕਿਉਂ ਜਿਹੜਾ ਉਹਨਾਂ ਬਣ ਨਹੀਂ ਰਿਹਾ ਯਾਨੀ 24-25 ਕਿਲੋ ਮਹੀਨੇ ਦਾ ਸੇਲ ਹੋ ਜਾਂਦਾ ਨੀ ਜਿਵੇਂ ਆਪਾਂ ਆ ਡੱਬਿਆਂ ਵਾਲਾ ਲੈਣ ਜਾਂਦੇ ਆ ਬਜ਼ਾਰਾਂ ਦੇ ਵਿੱਚ ਕਿਹ ਹੁੰਦਾ ਹੈਗਾ 500 ਰੁਪਏ ਕਿਲੋ 600 ਰੁਪਏ ਕਿਲੋ ਕਹਿੰਦੇ ਵੀ ਸ਼ੁੱਧ ਦੇਸੀ ਕਿਹ ਹੈ ਇਹ گاਵਾ ਦਾ ਹੈਗਾ ਆਪਣਾ ਫਰਕ ਕੀ ਹੈ ਵੀਰ ਜੀ ਆਪਣਾ ਜਿਹੜਾ ਦੇਸੀ ਘਿਓ ਆ ਇਹ ਆਪਣਾ ਜਿਹੜਾ ਪੁਰਾਣਾ ਮੈਥਡ ਸੀਗਾ ਆਪਣਾ ਪੁਰਾਣੇ ਬਜ਼ੁਰਗ ਜਿੱਦਾਂ ਬਣਾਉਂਦੇ ਸੀਗੇ ਆਪਣਾ ਤੱਤਾ ਕਰਕੇ ਦੁੱਧ ਨੂੰ ਦਹੀਂ ਜਮਾ ਕੇ ਫੇਰ ਕਿ ਉਹ ਮੱਖਣ ਬਣ ਕੇ ਫੇਰ ਦੁੱਧ ਘਿਓ ਬਣਦਾ ਸੀ ਉਦਾਂ ਹੀ ਬਣਾਉਂਦੇ ਆ ਆਪਣੀ ਜਿਹੜੀ ਦੇਸੀ ਗਾਵਾਂ ਦਾ 25 ਕਿਲੋ 22 ਤੋਂ 25 ਕਿਲੋ ਦੁੱਧ ਦੇ ਵਿੱਚੋਂ ਕਿਲੋ ਘਿਓ ਬਣਦਾ ਤੇ 1 ਤੋਂ ਅੱਧਾ ਤੋਂ 1% ਜਿਹੜੀ ਫੈਟ ਆ ਲੱਸੀ ਦੇ ਵਿੱਚ ਰਹਿ ਜਾਂਦੀ ਆ ਹੂੰ ਤੇ ਇਸੇ ਕਰਕੇ ਜਿਹੜਾ ਆਪਾਂ ਨੂੰ 2500 ਤੋਂ ਘੱਟ ਬਰਾਂਹ ਹੀ ਨਹੀਂ ਹੁੰਦਾ ਉਹ ਹੂੰ ਤੇ ਜੇ ਆਪਾਂ ਨਾਰਮਲ ਜਿਵੇਂ HF ਗਾਂ ਦਾ ਜਾਂ ਮੱਝ ਦਾ ਦੁੱਧ ਵੀ ਬਣਾਈ ਘਿਓ ਵੀ ਬਣਾਈਏ ਰੜਕ ਕੇ ਸਹੀ ਤਰੀਕੇ ਨਾਲ ਤਾਂ ਆਪਾਂ ਨੂੰ 11-1200 ਤੋਂ ਘੱਟ ਬਣ ਬਣਦੇ ਨਹੀਂ ਚਾਹੇ ਬਣਾ ਕੇ ਦੇਖ ਲਓ ਤੁਸੀਂ ਹੂੰ ਇੱਕ ਪਹਿਲਵਾਨ ਹੁਣਾਂ ਦੀ ਖਾਸियत ਇਹ ਵੀ ਬਾਈ ਜੀ ਸਾਰੀਆਂ ਦੇਸੀ ਗਾਂਾਂ ਮੈਂ ਰੱਖੀਆਂ ਆ ਪੰਜਾਬ ਦੇ ਜਿਹੜੇ ਵੱਡੇ ਵੱਡੇ ਡੇਰੀ ਫਾਰਮਿੰਗ ਕਰਦੇ ਹੋ ਤਾਂ HF ਬਲੈਤੀ ਗਾਂ ਵਾਲਿਆ ਰਹੇ ਨਹੀਂ ਬਾਰਲੇ ਮੁਲਕਾਂ ਤੋਂ ਤੁਸੀਂ ਕੀ ਮੈਂ ਸੋਚਿਆ ਕਿ ਆ ਸਾਹੀਵਾਲ ਜਿਹੜੀ ਪੰਜਾਬ ਦੀ ਇਹਨੂੰ ਸੰਭਿਆ ਜਾਵੇ ਕਿਵੇਂ ਮੰਚ ਆਇਆ ਮੀਰ ਜੀ ਪਹਿਲਾਂ ਆਪਾਂ ਵੀ ਬਲੈਤੀਗਾਂਵਾਂ ਰੱਖੀਆਂ ਹੋਈਆਂ ਸੀਗੀਆਂ ਤੇ ਮੱਝਾਂ ਫੇਰ ਕੱਲੀਆਂ ਆਪਾਂ ਮੱਝਾਂ ਇੱਕ ਦੋ ਹੀ ਰੱਖੀਆਂ ਬਾਕੀ ਆਪਾਂ ਬਲੈਤੀਗਾਂਵਾਂ ਰੱਖੀਆਂ ਮੈਂ ਪੀਡੀਐਫੇ ਨਾਲ ਜੁੜੇ ਰਿਆਂ ਪੀਡੀਐਫੇ ਤੋਂ ਬਾਹਰਲਾ ਸੀਮਨ ਲਾ ਕੇ ਜਣੇ ਕਿ ਮੈਂ ਮੰਨ ਲਓ 70 75 ਹਜ਼ਾਰ ਦਾ ਸੀਮਨ ਲੈ ਲੈਂਦਾ ਸੀ 6 ਮਹੀਨੇ ਦਾ ਜਿਹੜਾ ਗਾਂਵਾਂ ਤੇ ਲਾਉਂਦਾ ਸੀ ਵਧੀਆ ਬਰੀਡ ਮੇਰੇ ਕੋਲ ਤਿਆਰ ਸੀਗੀ ਪਰ ਇਹ ਜਦੋਂ ਬਰੀਡ ਦੁੱਧ ਵਧੀਆ ਦਿੰਦੀ ਆ ਆ ਪੈਨ ਨਹੀਂ ਕਹਿੰਦੇ ਵੀ ਐਚਐਫ ਮਾੜਾ ਦੁੱਧ ਦਿੰਦੀ ਆ ਪਰ ਇਹਦਾ ਇੱਕ ਰੱਖ ਰਖਾਓ ਦਾ ਖਰਚਾ ਬਹੁਤ ਆ ਹੂੰ ਤੇ ਇਹਨੂੰ ਡਾਕਟਰੀ ਖਰਚਾ ਜਾਦੇ ਆ ਇਹਨੂੰ ਫੁਵਾਰੇ ਲਾਉਣੇ ਪੈਂਦੇ ਆ ਤੇ ਵਧੀਆ ਪੱਖੇ ਲਾਉਣੇ ਪੈਂਦੇ ਆ ਤਾਂ ਜਾ ਕੇ ਰਹਿੰਦੀਆਂ ਨੇ ਭਾਈ ਹੂੰ ਹਾਂਜੀ ਮੈਂ ਕਿਤੇ ਕੀ ਚੀਜ਼ ਹੋਰ ਦੇਖੀ ਤੁਹਾਡੀ ਆ ਦੇਸੀ ਗਾਵਾਂ ਨਾਲ ਨਾ ਬਾਈ ਹੋਰਾਂ ਦੀ ਮੋਹ ਹੀ ਬੜਾ ਮੈਂ ਜਦੋਂ ਆਇਆ ਕਦੀ ਕਿਸੇ ਨੂੰ ਕੋਈ ਆਵਾਜ਼ ਮਾਰੇ ਨਾ ਤਰੇ ਹੋਏ ਨੇ ਹਾਂਜੀ ਵੀਰ ਜੀ ਸਾਰੀਆਂ ਗਾਮਾਂ ਦੇ ਨਾਂ ਰੱਖੇ ਹੋਏ ਨੇ ਤੇ ਗਾਂਾਂ ਬੱਚਿਆਂ ਦੇ ਵੀ ਨਾਂ ਰੱਖੇ ਹੋਏ ਨੇ ਹੂੰ ਤੇ ਜੇ ਬੱਚੇ ਨੂੰ ਵੀ ਆਪਾਂ ਹਾਕ ਮਾਰਾਂਗੇ ਨਾ ਬਈ ਉਹਦੇ ਮਾਂ ਦਾ ਨਾਮ ਲੈ ਕੇ ਉਹ ਨਹੀਂ ਭੱਜ ਜਾਣਾ ਵੀ ਮੇਰੀ ਮਾਂ ਨੂੰ ਹੁਣ ਚੋਣ ਲੱਗਿਆ ਤੇ ਮੈਂ ਉੱਠ ਖੜਾ ਬਸ ਬਾਕੀ ਬੈਠੇ ਰਹਿਣਗੇ ਉਹੀ ਗੱਲ ਉਠੋ ਹਾਂਜੀ ਤੁਸੀਂ ਵੀ ਫਰਕ ਦੱਸਿਆ ਸੀਗਾ ਕਿ ਇਹੇ گاਵਾ ਜਿੰਨਾਂ ਚਿਰ ਤੱਕ ਬੱਚਾ ਲੱਗੇ ਨਹੀਂ ਹੁੰਦਾ ਉਨਚ ਤੱਕ ਦੁੱਧ ਨਹੀਂ ਦਿੰਦੀਆਂ ਹਾਂਜੀ ਵੀਰ ਜੀ ਜਿਹੜੀ ਦੇਸੀ ਗਾਂ ਇਹਦੀ ਇੱਕੋ ਹੀ ਖਾਸੀਅਤ ਇਹ ਆ ਵੀ ਜਦੋਂ ਇਹ ਬੱਚੇ ਤੋਂ ਬਿਨਾ ਦੁੱਧ ਨਹੀਂ ਦਿੰਦੀ ਸਾਡੇ ਕੋਲ ਬੱਚੇ ਵੀ ਦੇ ਲੋ ਉਹਨਾਂ ਅੱਠ-ਨੌ ਬੱਚੇ ਨੇ ਵੱਡੇ ਬਾਕੀ ਇਹ ਨੇ ਜਾਨੀ ਕਿ ਬੱਚੇ ਤੋਂ ਬਿਨਾ ਇਹ ਦੁੱਧ ਨਹੀਂ ਦਿੰਦੀ ਜੇ 22400 ਬੱਚੇ ਨੂੰ ਕਿਤੇ 1921 ਹੁੰਦੀ ਆ ਪਰ ਇਹ ਦੁੱਧ ਨਹੀਂ ਦਿੰਦੀ ਚੋਣ ਨਹੀਂ ਦਿੰਦੀ ਦੁੱਧ ਆਪਣਾ ਜੇ ਦੇਉਗੀ ਤਾਂ ਆਪਾਂ ਠੱਕੇ ਧੁੱਕੇ ਨਾਲ ਇੱਕ ਦੋ ਦਿਨ ਚੋਲਾਂਗੇ ਪਰ ਦੁੱਧ ਲਾਉਣਾ ਹੀ ਨਹੀਂ ਇਹਨੇ ਹੂੰ ਹੂੰ ਬਿਲਕੁਲ ਬਹੁਤ ਮਿਹਨਤ ਕਰਦੇ ਨੇ ਬਾਈ ਹੋਣੀ ਜਦੋਂ ਕਿਉਂਕਿ ਸਾਨੂੰ ਇੰਟਰਵਿਊ ਤੋਂ ਪਹਿਲਾਂ ਕਰੀਬ ਡੇਢ-ਦੋ ਘੰਟਾ ਗੱਲਬਾਤ ਕੀਤੀ ਬਿਲਕੁਲ ਨਾਲ ਇਹਨਾਂ ਨੇ ਮਿਹਨਤ ਦੇ ਨਾਲ ਕੋਠੀ ਬਣਾਈ ਲੱਖਾਂ ਰੁਪਏ ਲਾ ਕੇ ਤੇ ਇੱਧਰ ਨਾਲ ਹੀ ਕਹਿੰਦੇ ਕਿ ਫਾਰਮ ਬਣਾਇਆ ਹੈਗਾ ਇੱਥੇ گاਵਾ ਕਹਿੰਜੀ ਬਹੁਤ ਮਿਹਨਤ ਕਰਦੇ ਹੋ ਕਿੰਨਾ ਕੁ ਸੰਘਰਸ਼ ਕੀਤਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬੰਦੇ ਨੂੰ ਦੇ ਦੇ ਵੀ ਇੰਨੇ ਮੇਰਾ ਦੁੱਧ ਵੇਚਦਾ ਹੋਊਗਾ ਇੰਨਾ ਕਿ ਇਹ ਵੇਚਦਾ ਹੋਊਗਾ ਪਰ ਬੰਦੇ ਦੀ ਮਿਹਨਤ ਵੀ ਬਹੁਤ ਪਿੱਛੇ ਹੁੰਦੀ ਹੈ ਕਿੰਨੇ ਕੁ ਵੇ ਜਾਗ ਜਾਂਦੇ ਹਾਂ ਹਾਂਜੀ ਵੀਰ ਜੀ ਜਿਵੇਂ ਪਹਿਲਾਂ ਪ੍ਰਵਾਨ ਜੀ ਕੀਤੀ ਮਿਹਨਤ ਉੱਥੇ ਵੀ ਬਹੁਤ ਕੀਤੀ ਹੂੰ ਬਾਕੀ ਦੇਣਾ ਪਰਮਾਤਮਾ ਨੇ ਦੇਣਾ ਹੁੰਦਾ ਸਾਰੇ ਲੋਕ ਮੱਲੀ ਕਰਦੇ ਆ ਰਹੇ ਕਿ ਥੋੜਾ ਵੀ ਪ੍ਰਵਿੰਦਰ ਹਰਵਿੰਦਰ ਬਣ ਜਾਂਦਾ ਹਾਂਜੀ ਉਹੀ ਗੱਲ ਇੱਥੇ ਹੈ ਮਿਹਨਤ ਆਪਾਂ ਵੀ ਉੱਥੋਂ ਛੱਡਿਆ ਇਹ ਨਾਲ ਹੀ ਕਰਦੇ ਸੀ ਇੱਧਰ ਪੂਰਾ ਕੰਮ ਚੱਕਦਾ ਫਿਰ ਯਾਨੀ 1 ਵਜੇ ਉੱਠਦੇ ਹਾਂ ਹਣ 1 ਵਜੇ ਉੱਠ ਕੇ 1 ਵਜੇ ਸਵੇਰੇ ਮਤਲਬ ਜਦੋਂ ਆਤੀ ਲੋਕ ਅੱਜ ਕੱਲ ਦੇ 1 ਵਜੇ ਸੌਂਦੇ ਕੋਈ ਪਬਜੀ ਖੇਡ ਕੇ ਸੌਂਦਾ ਹੋਊਗਾ ਕੋਈ ਗੇਮਾਂ ਖੇਡ ਕੇ ਸੌਂਦਾ ਕੋਈ ਕਪੜਾ ਕੰਮ ਨਵੇੜ ਕੇ ਤੁਸੀਂ ਉਦੋਂ ਜਾਗ ਜਾਂਦੇ ਹੋ ਹਾਂਜੀ ਅਸੀਂ ਯਾਨੀ ਕਿ 1 ਵਜੇ ਪੂਰੇ ਉੱਠਦੇ ਹਾਂ ਤੇ ਪੌਣੇ ਕਿ ਤਿੰਨ 3:30 ਵਜੇ ਤੱਕ ਅਸੀਂ ਧਾਰਾਂ ਦਾ ਕੰਮ ਸਮਾਪਤ ਕਰਕੇ ਗੱਡੀ ਦੀ ਦੁੱਧ ਲੋਡ ਕਰਕੇ ਸਵਾ 3 ਵਜੇ ਦੁੱਧ ਲੁਧਿਆਣੇ ਪਹੁੰਚ ਜਾਂਦਾ ਸਾਡਾ ਚਾਹੇ ਗਰਮੀ ਆ ਸਿਆਲ ਆ ਮੀਂਹ ਆ ਕੁਝ ਵੀ ਆ ਸੌਂਦੇ ਕਿੰਨੇ ਵਜੇ ਸੌਂਦੇ ਜੀ ਉਹੀ 9:00 ਵਜੇ 9:30 ਵਜੇ ਸੌਂ ਜਾਂਦਾ 1 ਵਜੇ ਉੱ ਸਾਰੀ ਜ਼ਿੰਦਗੀ ਐਂ ਨਿਕਲ ਰਹੀ ਹੈ ਬਾਜੀ ਹੁਣ ਲੱਗੇ ਹੁਣ ਗਊ ਮਾਤਾ ਦੇ ਸਿਰ ਤੇ ਨਿਕਲਦੀ ਆ ਬਸ ਇਹਨਾਂ ਦੇ ਸਿਰ ਤੇ ਸਾਰਾ ਕੁਝ ਬਣਾਇਆ ਆਪਾਂ ਨੇ ਜਿਹੜਾ ਹੁਣ ਤੱਕ ਬਣਾਇਆ ਹਾਂਜੀ ਮਤਲਬ ਕਿੰਨੇ ਕ ਸਾਲ ਤੋਂ ਐਂ ਚੱਲ ਰਹੀ ਜਿੰਦੀ ਬਾਜੀ ਪਹਿਲਾਂ ਪਹਿਲਵਾਨੀ ਕਰਦੇ ਰਹੇ ਉਦੋਂ ਵੀ ਟਾਈਮ ਹੁੰਦਾ ਹੀ ਨਹੀਂ ਸੀ ਬਸ ਸਕੂਲੇ ਚਲੇ ਜਾਣਾ ਖਾੜੇ ਚਲੇ ਜਾਣਾ ਮਾਲ ਖੇਤਾਂ ਖੇਤਾਂ ਦਾ ਤੇ ਗਾਵਾਂ ਦਾ ਕੰਮ ਕਰਾਉਣ ਲੱਗ ਜਾਣਾ ਪਹਿਲਾਂ ਤੁਸੀਂ ਸ਼ੌਂਕ ਆ ਮੈਨੂੰ ਗਾਵਾਂ ਦਾ ਜਦੋਂ ਪਹਿਲਵਾਨੀ ਕਰਦੇ ਜਦੋਂ ਹੀ ਸ਼ੌਂਕ ਆ ਹਾਂਜੀ ਇੱਕ ਤੁਸੀਂ ਹੋਰ ਬੜੀ ਜ਼ਬਰਦਸਤ ਗੱਲ ਦੱਸੀ ਪਲਵਾਨੀ ਕੀਤੀ ਸਾਰੀ ਵੈਜੀਟੇਰੀਅਨ ਰਹਿ ਕੇ ਕੀਤੀ ਹਾਂਜੀ ਮੈਂ ਜਿੰਦਗੀ 'ਚ ਕਦੇ ਕੋਈ ਅੰਡਾ ਮੀਟ ਕਦੇ ਕੋਈ ਟੇਸਟ ਵੀ ਨਹੀਂ ਦੇਖਿਆ ਵੀ ਕਿੱਦਾਂ ਦਾ ਹੁੰਦਾ ਸਿਰਫ ਦੁੱਧ ਘਿਓ ਨਾਲ ਦੇਸੀ ਡਾਇਰਨ ਵਾਲੀ ਪਲਵਾਨੀ ਕੀਤੀ ਆ ਕਦੇ ਕੋਈ ਕੋਈ ਡੱਬਾ ਡੁਬਾ ਜਿਹੜੇ ਅੱਜ ਕੱਲ ਖਾਂਦੇ ਕੋਈ ਕੋਈ ਨਾ ਕੋਈ ਡੱਬਾ ਨਾ ਹੋਰ ਦੁੱਧ ਘਿਓ ਨਾਲ ਹੀ ਬਸ ਬਾਈ ਜੀ ਉਹ ਗੱਲ ਕਰਦੇ ਆ ਜਿਵੇਂ ਸਾਡੇ ਪਿੰਡਾਂ 'ਚ ਹੁੰਦਾ ਸੀਗਾ ਸਾਡੇ ਘਰਾਂ 'ਚ ਪਹਿਲਾਂ ਪਸ਼ੂ ਆਮ ਹੀ ਹੁੰਦੇ ਸੀ ਹਰ ਘਰ ਦੇ ਵਿੱਚ ਪਸ਼ੂ ਹੁੰਦੇ ਸੀਗੇ ਲੋਕ ਮਿਹਨਤੋਂ ਭੱਜਣ ਲਾਪੇ ਵੀ ਇਹਨਾਂ ਦੀ ਸਾਂਭ ਸੰਭਾਲ ਬਹੁਤ ਕਰਨੀ ਪੈਂ ਸਾਡੇ ਮਨ ਚ ਨਹੀਂ ਕਦੀ ਆਇਆ ਕਿ ਬਾਈ ਛੱਡੀਏ ਪਰ ਦੇਖੋ ਜੀ ਆਪਾਂ ਤਾਂ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਹੁਣ ਲੋਕ ਬਾਹਰ ਨੂੰ ਪੈਦੇ ਆ 50-50 ਲੱਖ ਲਾਉਂਦੇ ਆ ਉੱਥੇ ਕਿੜਾ ਵਿਲੇ ਬੰਦੇ 18-18 ਘੰਟੇ ਕੰਮ ਕਰਦੇ ਆ ਹੁਣ ਆਪਣੇ ਪਰਿਵਾਰ ਚੋਂ ਆ ਕੋਠੀ ਝੁੱਟੀ ਦਾ ਇੱਕ ਵੇ ਸਾਰਾ ਜਣੇ ਆ ਕੇ ਵਿਚ ਬੜੇ ਇੱਥੇ ਗਾਵਾਂ ਚ ਆ ਜਾਂਦੇ ਆ ਤੇ ਬਸ ਫਿਰ ਮੈਂ ਦੁੱਧ ਪਾਇਆ ਨਾ ਆ ਕੇ ਸਾਰਾ ਪਰਿਵਾਰ ਫੇਰ ਲੱਗ ਜਾਂਦਾ ਸੀ ਬੰਦਾ ਰੱਖਦੇ ਨਹੀਂ ਅਸੀਂ ਕੋਈ 100 ਗਾਵਾਂ ਨੇ ਕੋਈ ਬੰਦਾ ਰੱਖਦੇ ਨਹੀਂ ਸੈਲਜ ਪਾਇਆ ਬਸ ਲੋਕ ਕਹਿੰਦੇ ਵੀ ਪੰਜਾਬ ਚ ਕੰਮ ਹੈ ਨਹੀਂਗਾ ਇੱਥੇ ਰੋਜ਼ਗਾਰ ਹੈ ਨਹੀਂ ਇਸ ਤਾਂ ਬਾਹਰ ਜਾਂਦੇ ਆ ਤੁਹਾਡਾ ਮਨ ਕਰਿਆ ਕਦੀ ਵੀ ਯਾਰ ਚੱਲੀਏ ਬਾਹਰ ਆਪਾਂ ਨਹੀਂ ਜੀ ਉਹ ਤਾਂ ਬੰਦੇ ਦੀ ਮਿਹਨਤ ਦੇ ਸਿਰ ਤੇ ਆ ਜੇ ਜਿਨੇ ਕਰਨ ਇੱਥੇ ਹੀ ਕਰ ਲੈਣਾ ਜਿਨੇ ਕਰਨ ਉੱਥੇ ਵੀ ਨਹੀਂ ਕਰਨਾ ਜੀ ਆਪਾਂ ਵਧੀਆ ਕੰਮਕਾਰ ਚੱਲਦੇ ਆ ਸਭ ਕੁਝ ਬਣ ਗਿਆ ਆਪਣੇ ਕੋਲੇ ਘਰ ਵੀ ਬਣ ਗਿਆ ਫਾਰਮ ਵੀ ਬਣ ਗਿਆ ਇਹਨੇ ਵੀ ਪਹਿਲਾਂ ਪਿਓ ਦਾ ਘਰ ਹੋਇਆ ਆਪਣਾ ਆਪਣਾ ਆਪ ਸੈੱਟ ਕੀਤਾ ਤਿੰਨ ਸਾਲ ਹੋ ਗਏ ਇੱਥੇ ਆਪ ਦਾ ਆ ਬਣਾਇਆ ਸਾਰੀ ਮਿਹਨਤ ਤਾਂ ਦਿਸਦੀ ਆ ਬਾਈ ਜੀ ਤੁਸੀਂ ਦੇਖਿਆ ਤੁਹਾਡੇ ਹੱਥ ਵੀ ਐ ਪੂਰੇ ਪੈਰ ਤੱਕ ਪੂਰਾ ਦੇਖਦਾ ਬੰਦੇ ਨੂੰ ਵੀ ਆਮ ਜਿਹੇ ਤਰੀਕੇ ਨਾਲ ਰਹਿੰਦੇ ਨੇ ਪੂਰੀ ਮਿਹਨਤ ਕਰਦੇ ਨੇ ਬਾਈ ਜੀ ਜ਼ਿੰਦਗੀ ਕਿਵੇਂ ਲੰਗੀ ਕੋਈ ਕਦੀ ਇਹੋ ਜਿਹਾ ਔਖੇ ਮੋੜ ਵੀ ਆਏ ਹੋਣਗੇ ਹਾਂਜੀ ਹੋ ਜਾਂਦਾ ਵਿੱਚ ਵਿੱਚ ਜਿਵੇਂ ਘਰ ਦੇ ਕਈ ਵਾਰੀ ਕਹਿੰਦੇ ਆ ਮੈਨੂੰ 6 ਮਹੀਨੇ ਹੋ ਗਏ ਮੈਂ ਤਾਂ ਉਹ ਪੇਕੇ ਜਾ ਕੇ ਨਹੀਂ ਦੇਖਿਆ ਐਦਾਂ ਹੋ ਜਾਂਦਾ ਕਿਤੇ ਵਿਆਹ ਸ਼ਾਦੀ ਦੀ ਜਾਂਦੇ ਆ ਤਾਂ 1.5 ਵਜੇ ਵਾਪਸ ਆਈਦਾ ਵੀ ਚੁਵਾਈ ਕਰਨੀ ਆ ਉਹ ਟਾਈਮ ਦਾ ਨੰਦ ਵੀ ਨਹੀਂ ਹੋ ਜਾਂਦੇ ਜਾਨੂ ਸਾਨੂੰ ਕਈ ਵਾਰੀ ਭੱਜਣਾ ਪੈਂਦਾ ਸਕਨ ਫੜਾ ਕੇ ਲਾਉ ਭਾਈ ਹਾਂਜੀ ਹੋ ਤਾਂ ਜਾਂਦੀ ਆ ਮੁਸ਼ਕਿਲ ਤਾਂ ਹੈਗੀ ਮਾੜੀ-ਮੋਟੀ ਤੁਹਾਡੇ ਮਨ 'ਚ ਨਹੀਂ ਸ਼ੌਂਕ ਆਂਦਾ ਕਿ ਮੈਂ ਵੀ ਕਿਤੇ ਪਾਰਟੀਆਂ 'ਚ ਜਾਵਾਂ ਪੰਗੜੇ-ਪੰਗੜੇ ਪਾਉਂ ਬਾਹਰ ਜਾ ਕੇ ਬਾਜੀ ਪਾਰਟੀ ਹੁਣ ਇਹੀ ਪਾਰਟੀ ਆਪਣੀ ਬੱਸ ਉਹ ਦੇਖਦੇ ਜਿੰਨਾ ਚਿਰ ਉਹ ਕਦੇ ਤਾਂ ਸੋਖੇ ਹੋਮਾਂਗੀ ਹੁਣ ਹੁਣ ਤਾਂ ਬਹੁਤ ਜਿਆਦਾ ਫਰਕ ਪੈ ਗਿਆ ਸਾਰਾ ਕੁਝ ਵਧੀਆ ਬਣ ਗਿਆ ਹਾਂਜੀ ਕੀ ਸੋਚਿਆ ਕੀ ਮੰਨ ਚ ਕੀ ਜਿਸ ਤਰੀਕੇ ਨਾਲ ਲੁਧਿਆਣੇ ਚ ਤੁਹਾਡਾ ਚੰਗਾ ਨਾਮ ਹੈ ਡੇਰੀ ਫਾਰਮਿੰਗ ਦੇ ਵਿੱਚ ਅਗਾਹ ਕੀ ਕਰਨਾ ਚਾਹੁੰਦੇ ਹੋ ਬਸ ਵੀਰ ਜੀ ਗਾਂ ਵੀ ਇਦਾਂ ਹੀ ਆ ਵੀ ਵਧੀਆ ਬਰੀਡ ਪੈਦਾ ਹੋਵੇ ਜਿਹੜੀ ਦੇਸੀ ਬਰੀਡ ਸੀ ਆਪਣੀ ਲੋਕ ਭੁੱਲ ਚੁੱਕਿਆ ਨੂੰ ਵੀ ਚੰਗੀ ਬਰੀਡ ਵੀ ਲੋਕਾਂ ਨੂੰ ਦਿਖੇ ਵੀ ਹਾਂ ਵੀ ਇਹ ਦੇਸੀ ਗਾਂ ਆਪਣੀ ਇਹ ਦੁੱਧ ਦੇ ਰਹੀ ਆ ਐ ਨਾ ਕਹਿਣ ਵੀ ਦੇਸੀ ਗਾਂ ਮਤਲਬ ਲੱਤਾਂ ਹੀ ਮਾਰਦੀਆਂ ਲੋਕਾਂ ਦੇ ਮਨ 'ਚ ਇਹੀ ਬਹਿਮ ਆ ਵੀ ਦੇਸੀ ਗਾਂ ਤਾਂ ਲੱਤਾਂ ਹੀ ਮਾਰਦੀਆਂ ਨੇ ਤਾਂ ਸਿਰ ਪਾੜ ਦੇਣਗੀਆਂ ਰੱਖੋ ਨਾ ਇਹਨੂੰ ਬਸ ਨਹੀਂ ਉ ਉ ਜੇ ਆਪਾਂ ਪੰਜਾਬ 'ਚ ਜਾਈਏ ਕਿਸੇ ਫਾਰਮ ਤੇ ਸਾਹੀਵਾਲ ਵਗੈਰਾ ਆਮ ਤੌਰ ਤੇ ਨਜ਼ਰ ਆ ਜਾਂਦੇ ਆ ਕਿ ਲਗਭਗ ਖਤਮ ਹੀ ਹੋ ਚੁੱਕੀ ਜੀ ਸਾਹੀਵਾਲ ਤਾਂ ਦੇਖੋ ਬਸ ਇਹ ਤਾਂ ਖਤਮੀ ਹੋ ਚੁੱਕੀ ਬਰੀਡਾ ਬਹੁਤ ਘਟਾ ਇਕਾ ਦੁਕਾ ਹੀ ਫਾਰਮਰ ਹੋਣਗੇ ਜਿਨ੍ਹਾਂ ਨੇ ਇਹ ਬਰੀਡ ਸੰਭ ਕੇ ਰੱਖੀ ਆ ਜਿਵੇਂ ਆਪਣੇ ਭੈਣੀ ਸਾਹਿਬ ਇੱਥੇ ਪੁਰਾਣਾ ਫਾਰਮਰ ਦੱਸ ਦਿਆ ਵੀ ਇਹਦਾ 200 ਸਾਲ ਪਹਿਲਾਂ ਦਾ ਬਾਬਾ ਜੀ ਜਿਸ ਤੋਂ ਪਹਿਲਾਂ ਗਊਆਂ ਦੇ ਗਊਆਂ ਰੱਖੀਆਂ ਹੋਈਆਂ ਸੀ ਉਹ ਜਦੋਂ ਤੋਂ ਬਰੀਡ ਚੱਲੀ ਆਉਂਦੀ ਆ ਉਹਨਾਂ ਦੀ ਤੇ ਹੋਰ ਆਪਣੇ ਇੱਥੇ ਕਿਤੇ ਨੇੜੇ ਜਿਹੜੇ ਬਰੀਡ ਹੈ ਹੀ ਨਹੀਂ ਬਸ ਪਾਕਿਸਤਾਨ ਚ ਜ਼ਿਆਦਾ ਸੀ ਪਾਕਿਸਤਾਨ ਚ ਉਧਰ ਰਹਿ ਗਈ ਆ ਇੱਧਰ ਆਪਣੇ ਲੋਕਾਂ ਨੇ ਐਚ ਐਫ ਤੇ ਕੰਮ ਕਰ ਕਰਕੇ ਜਿਹੜੀ ਮਾੜੀ ਮੋਟੀ ਬੱਜੀ ਸੀ ਉਹਦੇ ਸੀਮਨ ਲਾ ਲਾ ਕੇ ਵੀ ਆਪਾਂ ਵੱਧ ਉਧੜ ਲਈ ਪੈਦਾ ਕਰੀਓ ਖਤਮੀ ਕਰ ਲਿਆ ਸਰਕਾਰਾਂ ਵੀ ਆਉਂਦੀਆਂ ਇੱਥੇ ਵੱਖ-ਵੱਖ ਕਹਿੰਦੇ ਉੱਤਰ ਯੂਪੀ ਦੀ ਸਰਕਾਰ ਆਈ ਇੱਥੇ ਹਾਂਜੀ ਆਉਂਦੇ ਆ ਯੂਪੀ ਤੋਂ ਆਉਂਦੇ ਆ ਗੁਜਰਾਤ ਤੋਂ ਆਉਂਦੇ ਆ ਲੋਕ ਤਾਂ ਬਹੁਤ ਦੂਰੋਂ ਦੂਰੋਂ ਆਉਂਦੇ ਆ ਵੀ ਸਾਨੂੰ ਕੋਈ ਗਾਂ ਵਧੀਆ ਮਿਲ ਜਵੇ ਜਾਂ ਕੋਈ ਬੱਚਾ ਵਧੀਆ ਮਿਲ ਜਵੇ ਸਾਨੂੰ ਸੀਮਨ ਵੀ ਦੇ ਕੇ ਜਾਂਦੇ ਆ ਕਈ ਕੰਪਨੀ ਵਾਲੇ ਵੀ ਆ ਗਾਵਾਂ ਸਿਲੈਕਟ ਕੀਤੀਆਂ ਚਵਾਈ ਕਰਕੇ ਵੀ ਇਹਨਾਂ ਦੇ ਟੀਕੇ ਲਾਓ ਆ ਸਾਡੇ ਵਾਲਾ ਸੀਮਨ ਜਿਹੜੇ ਬੱਚੇ ਹੋਣਗੇ ਅਸੀਂ ਆਹ ਕਾਸਟ ਨਾ 50 55 ਹਜ਼ਾਰ ਦੇ ਹਿਸਾਬ ਨਾਲ ਅਸੀਂ ਲੱਗ ਜਾਵਾਂਗੇ ਮੰਨ ਚ ਕਈ ਵਾਰ ਚਿੰਤਾ ਹੁੰਦੀ ਕਿ ਜਿਹੜੇ ਸਾਡੀਆਂ ਦੇਸੀ ਗਾਵਾਂ ਐ ਤੇ ਮੁਕੰਤੀ ਕੇ ਗਾਰਤੀਆ ਚਲੋ ਤੁਸੀਂ ਸੇਵਾ ਸੰਭ ਰ ਰਹੇ ਹੋ ਚਿੰਤਾ ਤੇ ਹੁੰਦੀ ਹੋਏਗੀ ਵੀਰ ਜੀ ਚਿੰਤਾ ਤਾਂ ਦੇਖੋ ਸਰਕਾਰਾਂ ਨੂੰ ਕਰਨੀ ਚਾਹੀਦੀ ਆ ਆਪਾਂ ਆਪਣੇ ਇਕੱਲੇ ਦੇ ਕਰਨਾ ਕੁਝ ਨਹੀਂ ਹੁੰਦਾ ਅਸੀਂ ਤਾਂ ਆਪਣੇ ਜੋਗੀ ਬਚਾ ਕੇ ਰੱਖੀ ਆ ਉਹ ਕਿੰਨੇ ਕੇ ਲੋਕਾਂ ਨੂੰ ਵੰਡ ਦਾਂਗੇ ਬਸ ਫਿਰ ਇਦਾਂ ਹੀ ਇਹ ਤੇ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਵੀ ਦੇਸੀ ਬਰੀਡ ਦੇ ਵੱਧ ਤੋਂ ਵੱਧ ਕੰਮ ਕਰੀ ਸਰਕਾਰ ਵੀ ਕਰ ਰਹੀ ਆ ਪਰ ਲੋਕ ਸੀਮ ਲਵਾ ਕੇ ਰਾਜੀ ਨਹੀਂ ਹੈਗੇ ਵੀ ਇਹ ਦੇ ਹੁਣ ਦੇਖੋ ਜਿਹੜੀ 40 ਲੀਟਰ ਵਾਲੀ ਆ ਗਾਮ ਮੰਨ ਲਓ ਐਫ ਉਹਦੇ ਕੋਈ 20 ਲੀਟਰ ਵਾਲੀ ਦਾ ਕੰਮ ਨੂੰ ਲਵਾਉਗਾ ਡੀਗਾ ਥੱਲੇ ਨੂੰ ਕਹੂਗਾ ਹਰੇ ਕਹਿੰਦਾ ਉੱਪਰ ਨੂੰ ਜਾਈ ਆਪਾਂ ਆਪਾਂ ਖੇਤੀ ਕਰਦੇ ਆ ਝੋਨਾ ਕਣਕ ਬੀਜਦੇ ਹਰ ਵਾਰੀ ਕਹਿੰਨੇ ਆ ਵੀ ਆ ਐਤ ਕੀ 25 ਕਿਲੋ ਵਾਲੀ ਜਗਾ ਨੂੰ 28 ਕਿਲੋ ਵਾਲੀ ਕਣਕ ਬੀਜੀਏ ਹੁਣ ਆਪਾਂ 40 ਤੋਂ 20 ਵਾਲੇ ਪਾਸੇ ਨੂੰ ਜਾਵਾਂਗੇ 50 ਵਾਲੇ ਪਾਸੇ ਨੂੰ ਜਾਵਾਂਗੇ ਸਰਕਾਰਾਂ ਨੂੰ ਜਿਵੇਂ ਬ੍ਰਾਜ਼ੀਲ ਵਰਗੇ ਦੇਸ਼ ਨੇ ਉਹਨਾਂ ਕੋਲ ਵਧੀਆ ਸੀਮਾ ਨਾ ਉਹ ਸੀਮਾ ਲਿਆ ਕੇ ਲਾਉਣਾ ਚਾਹੀਦਾ ਉਧਰੋਂ ਐਮਬਰੋਲ ਲਿਆ ਕੇ ਉਰੋਂ ਬੱਚੇ ਪੈਦਾ ਕਰਕੇ ਉਹਨਾਂ ਦੇ ਬੋਲ ਉਹਨਾਂ ਸੀਮਾ ਦੇਣਾ ਚਾਹੀਦਾ ਤਾਂ ਲੋਕ ਇਹਨਾਂ ਵੱਲ ਮੁੜਨਗੇ ਹਰ ਕੋਈ ਕਹਿੰਦਾ ਵੀ ਅਸੀਂ ਅੱਗੇ ਨੂੰ ਜਾਈਏ ਪਿੱਛੇ ਨੂੰ ਕੌਣ ਮੁੜਨਾ ਚਾਹੁੰਦਾ ਪਿੱਛੇ ਨੂੰ ਤੁਸੀਂ ਮੁੜੇ ਸੀਗੇ ਚੈਫ ਤੋਂ ਲੋਕਾਂ ਨੇ ਕਥੀ ਮੈਨੇ ਨਹੀਂ ਮਾਰੇ ਕਿ ਭਾਈ ਆਖੀ ਚੈਫ ਛੱਡ ਕੇ ਤੂੰ ਦੇਸੀ ਸੰਭ ਰਿਹਾ ਵੀਰ ਜੀ ਹੁੰਦਾ ਮੈਨੂੰ ਮਾਰੇ ਲੋਕਾਂ ਨੇ ਬਹੁਤ ਮਾਰੇ ਆ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਵੀ ਇਹ ਤਾਂ ਕੌਲੀਆਂ ਚ ਚੋਣ ਵਾਲੀਆਂ ਗਾਵਾਂ ਨੇ ਜੋ ਮੈਂ ਪਹਿਲਾਂ ਲੈ ਕੇ ਆਇਆ ਗੁਜ ਸ਼ੌਂਕ ਨੂੰ ਮਕੋਡੀਆਂ ਕੁੜੀਆਂ ਵਾਲਾ ਪਈਆਂ ਮੈਨੂੰ ਕਹਿੰਦੇ ਭਲਵਾਨਾ ਆ ਕਿਹੜੇ ਮੰਗਣੇ ਵਾਲੇ ਕੋਈ گاਉਂ ਆਂਦੀ ਉਹ ਚੱਕ ਲਿਆ ਤੂੰ ਜਿਹੜੇ ਆਪਣੇ ਫਤੇ ਨਹੀਂ ਹੁੰਦੇ ਗਉਂਆਂ ਲੈ ਕੇ ਵੀ ਇਹ ਲੈ ਆਇਆ ਤੂੰ ਇਹ ਇਹਨਾਂ ਨੇ ਕੀ ਇਹ ਤਾਂ ਕੋਲੀਆਂ ਚ ਚੋਣੇ ਵਾਲੀਆਂ ਨੇ ਵੀ ਤੂੰ ਹੁਣ ਕਿਸੇ ਕੰਨਾ ਜਾ ਤੂੰ ਇਹਨਾਂ ਨੂੰ ਪੀ ਐਫ ਨੂੰ ਇਹ ਕਾਹਨੂੰ ਲੈ ਆਇਆ ਹੁਣ ਤੂੰ ਨਹੀਂ ਅੱਜ ਜਦੋਂ 2500 ਨੂੰ ਕਿਲੋ ਘੇ ਵੇਚਦਾ ਕੀ ਕਹਿੰਦੇ ਫਿਰ ਬਸ ਕਹਿੰਦੇ ਆ ਵੀ ਭਲਵਾਨਾ ਤੇਰਾ ਤਾਂ ਕਾ ਲੋਟ ਆ ਗਿਆ ਹੁਣ ਵੀ ਇਦਾਂ ਹੀ ਕਹਿੰਦੇ ਹਜੇ ਵੀ ਮੰਨਦੇ ਨਹੀਂ ਉਹ ਵੀ ਹਾਂ ਵੀ ਠੀਕ ਆ ਤੂੰ ਮਿਹਨਤ ਕੀਤੀ ਆ ਕਹਿੰਦੇ ਯਾਰ ਤੁੱਕਾ ਚੱਲ ਗਿਆ ਤੇਰਾ ਵੀ ਐਦਾਂ ਬਸ ਐਂ ਕਹ ਕਿਸੇ ਨੂੰ ਰਿਜ਼ਲਟ ਮਿਲ ਜਾਏ ਕਹਿੰਦੇ ਤੁੱਕਾ ਚੱਲ ਪਿਆ ਪਰ ਮਿਹਨਤ ਤਾਂ ਹੁੰਦੀ ਬੰਦੇ ਹੈ ਬਿਲਕੁਲ ਜੀ ਮਿਹਨਤ ਤਾਂ ਕਰਨੀ ਪੈਂਦੀ ਆ ਹੁਣ ਪੂਰਾ ਪਰਿਵਾਰ ਨਾਲ ਹੁੰਦਾ ਤੁਹਾਡਾ ਬਿਲਕੁਲ ਜੀ ਸਾਰਾ ਪਰਿਵਾਰ ਮੇਰਾ ਬੇਟਾ ਵੀ 1 ਵਜੇ ਉੱਠਦਾ ਮੇਰੀ ਮਿਸਿਸ ਵੀ ਉੱਠਦੇ ਆ ਬਾਪੂ ਜੀ ਉਹ ਨਹੀਂ ਜੇ ਅਸੀਂ ਬਾਅਦ ਜਾ ਕੇ ਬਾਕੀ ਕੰਮ ਕਰਦੇ ਨੇ ਕੋਈ ਕੋਈ ਦਾ ਉਹ ਸੈਲਜ ਵਗੈਰਾ ਪਾਉਂਦੇ ਆ ਸਾਰਾ ਪਰਿਵਾਰ ਮਿਲ ਕੇ ਕੰਮ ਕਰਦੇ ਆ ਅਸੀਂ ਹਮ ਬਸ 2 ਘੰਟੇ ਸਵੇਰੇ ਲੱਗ ਜਾਂਦਾ ਘੰਟਾ ਡੇਢ ਘੰਟਾ 2 ਘੰਟੇ 6 ਘੰਟੇ ਤੱਕ ਅਮਾ ਸਾਡੇ ਅਸੀਂ ਰਲ ਮਿਲ ਕੇ ਕਰਦੇ ਆ ਕੰਮ ਕੋਈ ਔਖਾ ਨਹੀਂ ਅਬ ਤੱਕ ਕੋਲੇ ਘਰ ਆ ਜੋ ਮਰਜ਼ੀ ਕਰੋ ਖੇਤੀ ਦਾ ਕੰਮ ਕਰੋ ਹਾਂਜੀ ਜਿਵੇਂ ਕਹਿੰਦੇ ਕਿ ਲੱਤਾਂ ਮਾਰਦੀ ਤੁਹਾਡੇ ਮਾਰੀ ਕਿਹਦੀ ਲੱਤ ਨਹੀਂ ਜੀ ਇਹ ਤਾਂ ਦੇਖੋ ਜੇਸੀ ਬਰੀਡ ਆ ਨਾ ਇਹ ਤਾਂ ਇੱਕ ਪਰਿਵਾਰ ਦਾ ਮੈਂਬਰ ਆ ਜਿੰਨਾ ਇਹਨਾਂ ਪਿਆਰ ਨਾਲ ਰਹਾਂਗੇ ਆਪਾਂ ਉਹਨਾਂ ਇਹ ਆਪਣੇ ਨਾਲ ਪਿਆਰ ਕਰੂਗੀ ਜੇ ਆਪਾਂ ਕਦੇ ਆ ਕੇ ਫਾਰਮ 'ਚ ਸਵੇਰੇ ਨਿਕਲ ਗਏ ਆਪਾਂ ਬੜਨ ਨਹੀਂ ਆ ਕੇ ਬੰਦਿਆਂ ਦੇ ਸਿਰ ਤੇ ਕੰਮ ਸੰਭਾਲਿਆ ਹੋਇਆ ਫਿਰ ਤਾਂ ਲੱਤਾਂ ਹੀ ਮਾਰਨੀ ਆ ਜੋ ਆ ਕੇ ਕਹਿੰਦਾ ਤੂੰ ਕੌਣ ਆ ਕੇ ਵੀ ਮੈਂ ਤਾਂ ਦੇਖਿਆ ਨਹੀਂ ਤੈਨੂੰ ਕਦੇ ਤੁਸੀਂ ਪਿਆਰ ਨਾਲ ਰਹਿੰਦੇ ਹੋ ਕੀ ਕੀ ਨਾਲ ਤਾਂ ਰਹੇ ਨੇ ਫਿਰ ਬਹੁਤ ਨਾਲ ਜੀ ਦੇਖੋ ਜਿਵੇਂ ਇਹਨਾਂ ਇਹਨਾਂ ਸੋਹਣੀ ਆ ਉਹਦੇ ਨਾਲ ਖੈਰ ਆ ਸੋਹਣੀ ਹਾਂ ਇਹਨਾਂ ਸੋਹਣੀ ਉਹਨਾਂ ਖੈਰ ਆ ਉਹਨਾਂ ਰੋਡੀ ਆ ਜਿਹੜੀ ਉਹ ਖੜੀ ਆ ਅੱਛਾ ਰੋਡੀ ਰੋਡੀ ਕਾਦੀ ਰੋਡੀ ਉਹਨੂੰ ਨਾ ਉਹਦੇ ਸਿੰਘ ਲੇਟ ਆਏ ਨਹੀਂ ਜਿਹੇ ਸਿੰਘ ਉਹਦੇ ਉਹਨੂੰ ਰੋਡੀ ਰੱਖਦਾ ਉਹਨਾਂ ਅੱਛਾ ਹਾਂ ਉਹ ਜਿਹੜੀ ਕਾਲੀ ਆ ਬਲੈਕ ਉਹਨੂੰ ਕਪਲਾ ਕਹਿੰਦੇ ਆਂ ਕਪਲਾ ਕਹਿੰਦੇ ਆਂ ਹਾਂ ਇੱਕ ਥੋੜਾ ਆਸਾਨ ਵੀ ਭੋਲੂ ਹਾਂਜੀ ਭੋਲੂ ਆਸਾਨ ਆਪਣਾ ਜੀ ਬਹੁਤ ਵਧੀਆ ਆਸਾਨ ਹੋ ਵੀ ਹੂੰ ਉਹ ਵੀ ਜਿੱਤਦਾ ਰਿਹਾ ਕਹਿੰਦੇ 5 ਲੱਖ ਨੂੰ ਕੀਮਤ ਲੱਗੀ ਉਹਦੀ ਹਾਂਜੀ ਕੀਮਤ ਇੱਕ ਸੀਮਨ ਕੰਪਨੀ ਸੀਗੀ ਉਹ ਲਾ ਕੇ ਗਈ ਸੀ ਆਪਣੇ ਕੋਲੇ ਵੀ ਸਾਨੂੰ ਬੁਲ ਦੇ ਦੋ ਇਹ ਉਹਨੇ ਰਿਕਾਰਡ ਵਗੈਰਾ ਉਹਦੀ ਮਾਂ ਦੀ ਚਵਾਈ ਕੀਤੀ ਆਪਣੇ ਕੋਲੇ ਹੂੰ ਤੇ ਕਰਕੇ ਚਵਾਈ ਦੇਖਿਆ ਸਾਰਾ ਕੁਝ ਤੇ ਉਹਨਾਂ ਨੇ ਡੀਐਨਏ ਟੈਸਟ ਵੀ ਕਰਵਾਇਆ ਸੀ ਵੀ ਇਹਦਾ ਹੀ ਬੱਚਾ ਹੋ ਤੇ ਕਰਵਾ ਕੇ ਆਪਾਂ ਨੂੰ ਲਾਇਆ ਮੈਸੇਜ ਦਿੱਤਾ ਨਹੀਂ ਬੋਲੋ ਸਾਡੇ ਬਾਪੂ ਜੀ ਨਹੀਂ ਮੰਨੇ ਵੀ ਹੁਣ ਤਾਂ ਆਪਣੇ ਕੋਲ ਹੈਗਾ ਤੇ ਕੱਲ ਨੂੰ ਆਪਾਂ ਕਿੱਥੇ ਲੱਭਾਂਗੇ ਕੀ ਪਤਾ ਕਿਦਾਂ ਦਾ ਸੀਮਨ ਹੋਣਾ ਕਿਦਾਂ ਨਹੀਂ ਲਿਖਣ ਦੀ ਗੱਲ ਹੋਰ ਉੱਪਰ ਕੀ ਲਿਖਿਆ ਆਪਾਂ ਨੂੰ ਪਤਾ ਰਿਐਲਿਟੀ 'ਚ ਹੁਣ ਇਦਾਂ ਵੀ ਆ ਜੀ ਜਿਵੇਂ ਆਪਣਾ ਇੱਧਰ ਕੋਈ ਗਾਂ ਹੀਟ 'ਚ ਆਈ ਆ ਇੱਧਰ ਕੋਈ ਆਪਣੀ ਗਾਂ ਹੀਟ 'ਚ ਆਈ ਆ ਨਾ ਤਾਂ ਭੋਲੂ ਨੇ ਦੱਸ ਦੇਣਾ ਵੀ ਇੱਧਰ ਉਹਨੇ ਬੜਕ ਮਾਰ ਲਾ ਜਣਾ ਵੀ ਇੱਧਰ ਕੋਈ ਗਾਂ ਹੀਟ 'ਚ ਆਈ ਆ ਤੇ ਆਪਣੇ ਆਪ ਸਾਨੂੰ ਇੰਡੀਕੇਸ਼ਨ ਮਿਲ ਜਾਂਦਾ ਵੀ ਅੱਜ ਕੋਈ ਗਾਂ ਸਾਡੀ ਬੋਲੀ ਹੋਈ ਹੈ ਜਾਂ ਹੀਟ ਚਾਈ ਹੋਈ ਆ ਨਹੀਂ ਅਸੀਂ ਆਪ ਦੇਖਾਂਗੇ ਕੋਈ ਤਾਰ ਦਿੰਦੀ ਆ ਕੋਈ ਰੰਬਦੀ ਆ ਫੇਰ ਦੇਖਾਂਗੇ ਉਹ ਹੁਣ ਇਹ ਸਾਰੇ ਕੰਮ ਕਰਦਾ ਇਹ ਸਾਡਾ ਸੀਮਲ ਸਿੰਲਿੰਡਰ ਵੀ ਇਹੀ ਆ ਤੇ ਡਾਕਟਰ ਵੀ ਇਹੀ ਆ ਚੈੱਕ ਵੀ ਆਪਣੇ ਆਪ ਕਰਦਾ ਵੀ ਕਿਹੜੀ ਬੋਲੀ ਹੈ ਕਿਹੜੀ ਨਹੀਂ ਭੋਲੂ ਦੇ ਬੱਚੇ ਵੀ ਸਾਰੇ ਵਧੀਆ ਹੋ ਰਹੇ ਨੇ ਹੱਡ ਪੈਰ ਖੁੱਲੇ ਹੈ ਹਾਂਜੀ ਬਹੁਤ ਵਧੀਆ ਹੈਲਦੀ ਬੱਚੇ ਆ ਰਹੇ ਨੇ ਤੇ ਬਾਕੀ ਇੱਕ ਗਾਂ ਆਪਣੇ ਕੋਲੇ ਉਹਨੂੰ ਰਾਣੀ ਆ ਉਹਦੀ ਪਹਿਲੀ ਬੱਚੀ ਆਪਣੇ ਕੋਲੇ ਉਹ ਦਵਾਰੇ ਸੂਈ ਹੋਈ ਆ 19 ਕਿਲੋ ਪਹਿਲੇ ਸੂਏ ਤੋਂ ਦਿੱਤਾ ਇਸ ਟਾਈਮ ਉਹ 6 ਮਹੀਨੇ ਦੀ ਸੂਈ ਹੋਈ ਆ ਤੇ ਇਸ ਟਾਈਮ ਵੀ 11 10 11 ਕਿਲੋ ਦੁੱਧ ਹੈਗਾ ਉਹਦੇ ਥੱਲੇ ਮਤਲਬ ਤੁਹਾਡੇ ਨਾਲ ਗੱਲਬਾਤ ਕਰਨਾ ਸਾਡਾ ਮੋਟਿਵ ਇਹ ਆ ਚਾਹੁੰਦੇ ਹਾਂ ਸੀ ਇਹ ਕਿ ਕਿਸਾਨ ਜਿਹੜਾ ਪਸ਼ੂਆਂ ਤੋਂ ਟੁੱਟਦਾ ਜਾ ਰਿਹਾ ਹੈ ਕਈ ਰੁਝਾਨ ਵੀ ਵੱਧ ਰਹੇ ਨੇ ਪਰ ਪਸ਼ੂ ਲਗਭਗ ਬਹੁਤਿਆਂ ਘਰਾਂ ਚੋਂ ਬਾਹਰ ਹੁੰਦੇ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਜੇ ਕਿਸਾਨੀ ਦੇ ਨਾਲ ਅਲੇ ਨੂੰ ਵੀ ਸੰਭਿਆ ਜਾਵੇ ਤਾਂ ਮੁਨਾਫਾ ਵੱਧ ਵੀ ਸਕਦਾ ਹੈ ਤੇ ਨਾਲ ਦੀ ਨਾਲ ਇਹ ਸਾਡੀ ਵਿਰਾਸਤ ਵੀ ਤੇ ਹੈ ਵੀਰ ਜੀ ਜਿਹੜੀ ਹੁਣ ਨਵੀਂ ਪੀੜ੍ਹੀ ਆ ਅਸੀਂ ਤਾਂ ਚੱਲ ਹੁਣ 40 ਸਾਲ ਦਾ ਹੋ ਗਿਆ ਮੈਂ ਜਿਹੜੀ ਹੁਣ ਨਵੀਂ ਪੀੜ੍ਹੀ ਆ 21 22 25 ਸਾਲ ਦੇ ਮੁੰਡੇ ਨੇ ਹੁਣ ਸਾਡੇ ਪਿੰਡ 'ਚ ਵੀ ਇਹ ਹਜੇ 10 ਜ਼ਿਮੀਂਦਾਰਾਂ ਦੇ ਘਰ ਸੀ ਜਿਨ੍ਹਾਂ ਕੋਲ ਵਧੀਆ-ਵਧੀਆ گاਵਾ ਮੱਝਾਂ ਰੱਖੀਆਂ ਹੋਈਆਂ ਸੀ ਸਭ ਛੱਡ ਚੁੱਕੇ ਹੁਣ ਡੋਲੂ ਲੈ ਕੇ ਦੂਜੇ ਦੇ ਘਰੇ ਜਾਂਦੇ ਆ ਦੁੱਧ ਲੈਣ ਹੁਣ ਇਹੀ ਹੋ ਗਿਆ ਵੀ ਐਨੇ ਜਿਹੇ ਤਾਂ ਤੂੜੀ ਲੱਗ ਜਾਂਦੀ ਆ ਉਹਨੇ ਤਾਂ ਆਪਣਾ ਦੁੱਧ ਸਾਰਾ ਸਾਲ ਨਹੀਂ ਮੋਕਣਾ ਸੋਚ ਇਹ ਹੋ ਗਈ ਲੋਕਾਂ ਦੀ ਹੁਣ ਸੋਚ ਬਦਲਣ ਦੀ ਲੋੜ ਆ ਕਿਉਂਕਿ ਆਪਾਂ ਸਕੂਲਾਂ 'ਚ ਪਾਦੇ ਬੱਚੇ ਸਵੇਰੇ ਪੜ੍ਹ ਕੇ ਆਉਂਦੇ ਆ ਸ਼ਾਮ ਨੂੰ ਟਿਊਸ਼ਨ ਤੇ ਚਲੇ ਗਏ ਆ ਕੇ ਮਸਾਂ ਸੌਣ ਦਾ ਚਾਹ ਟੀਵੀ ਦੇ ਖਾਂਦਾ ਘੰਟਾ ਘੰਟਾ ਟਾਈਮ ਮਿਲਦਾ ਬੱਚਿਆਂ ਕੋਲ ਟਾਈਮ ਹੀ ਨਹੀਂ ਬੱਚਿਆਂ ਨੂੰ ਆਪਾਂ ਕੰਮ ਨਾਲ ਜੋੜਾਂਗੇ ਤਾਂ ਹੀ ਬੱਚੇ ਕ ਪੜ੍ਹਾਈ ਦੇ ਨਾਲ ਕੰਮ ਜ਼ਰੂਰੀ ਆ ਬੱਚੇ ਨੂੰ ਕੰਮ ਲਾਓ ਜਿਹੜਾ ਆਪਣਾ ਜੱਦੀ ਪਸਤੀ ਕੀਤਾ ਉਹਨਾਂ ਜੋੜੋ ਤੇ ਨਹੀਂ ਜੋ ਜਵਾਕਾਂ ਦੀ ਸਿਹਤ ਤਾਈਆਂ ਮਾੜੀ ਹੋ ਰਹੀ ਕਿ ਨਹੀਂ ਹਾਂਜੀ ਬਿਲਕੁਲ ਜੀ ਉਹ ਟੀਵੀ ਤੇ ਮੋਬਾਈਲਾਂ ਬਸ ਜਿਹੜਾ 10 ਮਿੰਟ ਟਾਈਮ ਆ ਟੀਵੀ ਤੇ ਮੋਬਾਈਲ ਤਾਂ ਹੀ ਆਪਣੇ ਮਾਪਿਆਂ ਨਾਲ ਵੀ ਜੋਗ ਟੁੱਟ ਰਹੇ ਨੇ ਹੁਣ ਸੌਣ ਨੂੰ ਮਿਲਦਾ ਵੀ ਮਾਪਿਆਂ ਨੂੰ ਬਾਹਰ ਘਰੋਂ ਕੱਢਦਾ ਏਦਾਂ ਕਰਦਾ ਤਾਂ ਹੀ ਆਪਣਾ ਪ੍ਰਾਈਮ ਤਾਂ ਹੀ ਕੱਢ ਰਿਆ ਜੇ ਆਪਾਂ ਮਿਲ ਕੇ ਕੰਮ ਨਹੀਂ ਕਰਦੇ ਵੀ ਆਪਾਂ ਆਪਣਾ ਵਿਰਸਾ ਜਾਂ ਭੁੱਲਦਾ ਜਾ ਰਹੇ ਹਾਂ ਬਿਲਕੁਲ ਜੀ ਸਹੀ ਗੱਲ ਹੈ ਹੂੰ ਪਾਕਿਸਤਾਨ ਵਾਲਿਆਂ ਨੇ ਕਹਿੰਦੇ ਤੁਹਾਡੇ ਸਾਂਹ ਦੀ ਫੋਟੋ ਲਾਤੀ ਜਿਹੜੀ ਭੋਲੂ ਦੀ ਗੱਲ ਕਰਦੇ ਹਾਂ ਹਾਂਜੀ ਹੈਗਾ ਇੱਕ ਬੰਦਾ ਮੈਂ ਤੁਹਾਨੂੰ ਭੇਜੂਗਾ ਜੀ ਉਹਨੇ ਲਾਈ ਹੋਈ ਆ ਮੈਂ ਆਪਣੇ ਫਾਰਮ ਦੀ ਫੋਟੋ ਲਾ ਕੇ ਬੱਚਿਆਂ ਦੀ ਫੋਟੋ ਲਾ ਕੇ ਪੰਜ-ਛੱਤ ਦੀ ਤੇ ਆਪਣੇ ਬੋਲ ਦੀ ਫੋਟੋ ਲਾਈ ਆ ਕਹਿੰਦਾ ਵੀ ਇਹਦੇ ਬੱਚੇ ਨੇ ਇਹ ਵੇਚਣ ਦੇ ਸੇਲ ਕਰਨ ਦੇ ਮਾਰੇ ਨੇ ਆਪਣੇ ਬੋਲ ਦੀ ਫੋਟੋ ਲਾਈ ਹੋਈ ਆ ਤੁਹਾਨੂੰ ਮੈਂ ਸ਼ੇਅਰ ਕਰ ਲੋਕ ਵਾਸਤੇ ਤੁਹਾਨੂੰ ਅਪਰੋਚ ਕੇ ਫੋਨ ਤਾਂ ਕਰਦੇ ਹੋਣਗੇ ਕਿ ਬਾਈ ਸਾਨੂੰ ਫਲਾਣਾ ਪਸ਼ੂ ਵੇਚ ਦੇ ਆਪਣਾ ਆ ਸਾਨੂੰ ਦੇ ਦੇ ਹਾਂਜੀ ਵੀਰ ਜੀ ਦੋ ਤਿੰਨ ਚੈਨਲ ਵਾਲੇ YouTube ਆ ਨਾ ਮੇਰਾ ਨਾ ਨੰਬਰ WhatsApp ਵਾਲਾ ਪਾਇਆ ਹੋਇਆ ਮੈਂ ਹੁਣ ਉਹ ਜ਼ਿਆਦਾਤਰ ਬੰਦੀ ਕਰਕੇ ਰੱਖਦਾ WhatsApp ਤੇ ਮੈਸੇਜ ਆਵੇਂ ਆ ਜੀ ਕਾਲਿੰਗ ਵਾਲਾ ਨਹੀਂ ਮੈਨੂੰ ਕੰਮ ਹੀ ਨਹੀਂ ਕਰਦਾ ਟਾਈਮ ਮਿਲਦਾ ਸੀ ਮਿੰਟ ਬਾਅਦ ਫੋਨ ਮਿੰਟ ਬਾਅਦ ਫੋਨ ਤੇ ਮੈਂ ਹੁਣ ਉਹ ਆਫ ਕਰਕੇ ਰੱਖਿਆ ਹੋਇਆ ਸਿਰਫ WhatsApp ਹੀ ਚੱਲਦਾ ਕੱਲਾ ਜੀ ਕੀ ਨਾਮ ਮੈਸੇਜ ਕਰ ਲਓ ਮੈਂ ਆਪੇ ਕਰ ਲਵਾਂ ਗੱਲ ਕਿਉਂਕਿ ਆਪਾਂ ਕੰਮ ਵਾਲੇ ਬੰਦੇ ਆ ਜੀ ਆਪਾਂ ਉਹ ਜਿਹੜਾ ਕੁਝ ਹੈਗਾ ਸਹੀ ਆ ਲੋਕ ਦਿਖਾਵੇ ਵਾਲਾ ਕੰਮ ਕੋਈ ਨਹੀਂ ਕਰਦੇ ਆਪ ਕੰਮ ਕਰਨ ਦੇ ਵਿਸ਼ਵਾਸ ਕਰਦੇ ਆ ਹਾਂਜੀ ਨਹੀਂ ਤੁਸੀਂ ਮਿਹਨਤ ਦੀ ਇੱਕ ਜਿੰਦੀ ਜਗ ਦੀ ਮਿਸਾਲ ਹੋ ਪਹਿਲਵਾਨੀ ਵੀ ਕੀਤੀ ਤੁਸੀਂ ਅਖੀਰਵਾਲ ਨੂੰ ਵਧਦੇ ਤੁਹਾਨੂੰ ਬਹੁਤ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਹੋਣਗੇ ਨਵੀਂ ਪੀੜੀ ਵੀ ਦੇਖ ਰਹੀ ਹੋਊਗੀ ਨੌਜਵਾਨ ਦੇਖ ਰਹੇ ਹੋਣਗੇ ਕੀ ਕਹਿੰਦੇ ਹੋ ਬਾਅਦ ਇਹੀ ਕਹਿੰਦੇ ਆ ਜੀ ਪੜ੍ਹਾਈ ਦੇ ਨਾਲ ਨਾਲ ਜਿਹੜਾ ਆਪਣਾ ਬੇਸਾ ਆਪਣਾ ਕੰਮ ਆ ਖੇਤੀਬਾੜੀ ਤੇ ਆਪਣਾ ਪਸ਼ੂਆਂ ਦਾ ਕੰਮ ਇਹਨੂੰ ਨਾ ਭੁੱਲੋ ਬਾਹਲਾ ਨਹੀਂ ਤਾਂ ਜਿਹੜੀਆਂ ਫਲ ਸਬਜ਼ੀਆਂ ਨੇ ਉਹ ਆਪਣੇ ਆਪ ਹੋਗਾ ਉਹ ਤੇ ਦੁੱਧ ਆਪਣਾ ਆਪ ਪੈਦਾ ਕਰੋ ਬਾਰ ਤਾਂ ਤੁਹਾਨੂੰ ਪਤਾ ਦੁੱਧ ਜਿੰਨਾ ਚਿੱਟਾ ਉਹਨਾ ਹੀ ਕਾਲਾ ਅੰਦਰੋਂ ਸਭ ਜਿੰਨੀ ਪੰਜਾਬ 'ਚ ਖਾਪਦਾ ਉਦੋਂ ਅੱਧਾ ਦੁੱਧ ਪੈਦਾ ਹੁੰਦਾ ਬਾਕੀ ਦਾ ਤੁਹਾਨੂੰ ਪਤਾ ਕਿਦਾਂ ਬਣਦਾ ਉਹ ਪਤਾ ਹੀ ਹੁਣ ਸਾਰਿਆਂ ਨੂੰ ਪਤਾ ਹੀ ਆ ਸਰਕਾਰਾਂ ਨੂੰ ਵੀ ਪਤਾ ਹੀ ਆ ਹਾਂਜੀ ਬਹੁਤ ਬਹੁਤ ਧੰਨਵਾਦ ਸਸੀ ਗੱਲਬਾਤ ਕੀ ਠੀਕ ਆ ਵੀ ਜੀ ਸਸੀ ਗੱਲ ਜੀ ਤੋਂ ਪਹਿਲਵਾਨ ਹੋਣਾ ਨਾ ਗੱਲਬਾਤ ਕਰ ਰਹੇ ਸੀਗੇ ਵੱਡਾ ਨਾਮ ਹੈ ਲੁਧਿਆਣੇ ਦੇ ਵਿੱਚ ਡੇਰੀ ਫਾਰਮਿੰਗ ਦੇ ਵਿੱਚ ਦੁੱਧ ਵੀ ਚੰਗਾ ਘੇ ਵੀ ਵਾਵਾ ਵਿਕਦਾ ਹੈ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਵੀ ਮਿਹਨਤ ਕਿਵੇਂ ਕੀਤੀ ਜਾਵੇ ਸਾਡਾ ਵਿਰਾਸ ਜਿਹੜਾ ਵਿਰਸਾ ਸੀਗਾ ਉਹ ਸੰਭ ਕੇ ਰੱਖਿਆ ਸਾਹੀਵਾਲ ਅੱਜਕੱਲ੍ਹ ਗਾਂ ਛੇਤੀ ਕਿਤੇ ਉਂਦੀ ਨਹੀਂ ਉਹ ਇਹਨਾਂ ਨੇ ਸਾਮਕੇ ਰੱਖੀ ਆ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਡਾ ਸ਼ੋਅ ਚੰਗਾ ਲੱਗਾ ਹੋਵੇਗਾ ਜੁੜੇ ਰਹੋ ਅਖਰ ਦੇ ਨਾਲ